ਪ੍ਰਾਈਮੇਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਿਆ ਮੈਂ ਹਾਂ ਨਵਜੀਤ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਤੁਰੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਹੈ ਹੁਣ ਉਮੀਦਵਾਰ ਹੈ ਕਿਵੇਂ ਦੇਖਦੇ ਆ ਕਿਉਂਕਿ ਲੋਕਾਂ ਵਿੱਚ ਉਤਸ਼ਾਹ ਬਹੁਤ ਹੈ ਉੱਧਰ ਦੇਖ ਸੱਚੀ ਗੱਲ ਇਹ ਹੈ ਕਿ ਉਤਸ਼ਾਹ ਲੋਕਾਂ ਚ ਚੋਣਾਂ ਵਾਸਤੇ ਹੈ ਪਹਿਲੀ ਗੱਲ 50 ਸਾਲਾਂ ਵਾਸਤੇ ਲੋਕਾਂ ਨੇ ਆਪਣੀ ਕਿਸਮਤ ਲਿਖਣੀ ਹੁੰਦੀ ਹੈ ਸਾਢੇ 4 ਸਾਲ ਤੱਕ ਲੀਡਰ ਕਿਸੇ ਨੂੰ ਪੁੱਛਦੇ ਨਹੀਂ ਅਖੀਰ ਦੇ 6 ਮਹੀਨਿਆਂ ਚ ਹੌਲੀ-ਹੌਲੀ ਪੁੱਛਣਾ ਸ਼ੁਰੂ ਕਰਦੇ ਆ ਚੋਣਾਂ ਦਾ ਆਹ 1 ਮਹੀਨਾ ਲੋਕਾਂ ਦਾ ਹੁੰਦਾ ਜੀ ਲੋਕੇ ਸਮਝਦੇ ਆ ਕਿਹਨ ਲੀਡਰ ਹੋਣਗੇ ਤੇ ਉਹਨਾਂ ਨੂੰ ਮੂੰਹ ਤੇ ਮਾਰਾਂਗੇ ਤੁਸੀਂ ਸਾਡੇ ਲਈ ਕੀ ਕੀਤਾ ਠੀਕ ਆ ਦੂਜੀ ਗੱਲ ਕਿਸੇ ਪਾਰਟੀ ਦੀ ਬਦਨਾਮੀ ਹੈ ਕਿਸੇ ਦੀ ਭੰਡੀ ਹੈ ਕਿਸੇ 'ਚ ਵੰਡੀਆਂ ਪਈਆਂ ਨੇ ਪਾਟਕ ਆਮ ਆਦਮੀ ਪਾਰਟੀ ਹਾਲ ਦੀ ਘੜੀ ਬਾਕੀਆਂ ਤੋਂ ਅੱਗੇ ਲੰਘਦੀ ਲੱਗਦੀ ਹੈ ਜੇ ਉਹ ਅੱਗੇ ਲੰਘਦੀ ਹੈ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਮੁੱਖ ਮੰਤਰੀ ਦੇ ਉੱਤੇ ਲਈ ਉਮੀਦਵਾਰਦ ਜੀ ਉਸ ਤਰੀਕੇ ਚ ਭਗਵੰਤ ਮਾਨ ਦਾ ਨਾਮ ਆ ਗਿਆ ਉਹਦੇ ਨਾਂ ਤੇ ਉਹਦੇ ਪਿੰਡ ਵਿੱਚ ਉਹਦੇ ਲੱਕੇ ਚ ਉਹਦੇ ਜ਼ਿਲ੍ਹੇ ਚ ਬਲਕਿਸ ਮੁੱਚੇ ਪੰਜਾਬ ਚ ਜਸ਼ਨ ਬਹੁਤ ਮਨਾएंगे ਹੁਣ ਬਾਕੀ ਪਾਰਟੀਆਂ ਚ ਉਹਦੇ ਬਰਾਬਰ ਦਾ ਉਮੀਦਵਾਰ ਲੱਭਣ ਵਾਸਤੇ ਜੋਰ ਲਾਉਣਾ ਪਊ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਪਊ ਸਭ ਥਾਵਾਂ ਦੇ ਉੱਤੇ ਲੋਕਾਂ ਦੇ ਵਿੱਚ ਇਸ ਕਿਸਮ ਦਾ ਜਿਹੜਾ ਉਭਾਰ ਉਹਦੇ ਵਾਸਤੇ ਉਹ ਜਿਹੜਾ ਕਿਸੇ ਵਾਸਤੇ ਦਿਸਦਾ ਨਹੀਂ ਤਿੰਨ ਮਹੀਨੇ ਪਹਿਲਾਂ ਇਹ ਉਭਾਰ ਕਾਂਗਸ ਪਾਰਟੀ ਚ ਦਿਸਦਾ ਸੀ ਫਿਰ ਉਹ ਉਭਾਰ ਦੋਂ ਥਾਈ ਵੰਡਿਆ ਗਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਚ ਫਿਰ ਹੌਲੀ ਹੌਲੀ ਜਾਪਿਆ ਘਟਣ ਲੱਗ ਪਿਆ ਦੋ ਤਿੰਨ ਵਾਰੀ ਲੱਗਿਆ ਵਧਣ ਲੱਗਾ ਫਿਰ ਘਟਿਆ ਅਕਾਲੀ ਪਾਰਟੀ ਬਿਲਕੁਲ ਡਿੱਗੀ ਪਈ ਸੀ ਇਸ ਗੱਲ ਦਾ ਕ੍ਰੈਡਿਟ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਕਿ ਲੋਕਾਂ ਤੋਂ ਵੱਟੇ ਖਾ ਕੇ ਵੀ ਕਿਸਾਨਾਂ ਦਾ ਵਿਰੋਧ ਸੀ ਜਦੋਂ ਜੇ ਜ ਰੈਲੀਆਂ ਨਹੀਂ ਕਰਨੀਆਂ ਉਦੋਂ ਵੀ ਉਹ ਤੇ ਉਹਦੀ ਪਤਨੀ ਹਰਸਿਮਰਤ ਕੌਰ ਬਾਦਲ ਰੈਲੀਆਂ ਕਰਦੇ ਰਹੇ ਇੰਨੇ ਵਿਰੋਧ ਦੇ باوجود ਇਹਨਾਂ ਦੇ ਸੱਦੇ ਤੇ ਲੋਕ ਉਹਨਾਂ ਰੈਲੀਆਂ 'ਚ ਆਉਂਦੇ ਰਹੇ ਹੌਲੀ ਹੌਲੀ ਪਾਰਟੀ ਉਹ ਵੀ ਉੱਠੀ ਹੈ ਜੀ ਅਜੇ ਉਹ ਬਰਾਬਰ ਮੁਕਾਬਲੇ 'ਚ ਆ ਕਿ ਥੋੜੀ ਪਿੱਛੇ ਆ ਮੈਂ ਉਹਦੀ ਚਰਚਾ ਨਹੀਂ ਕਰਨੀ ਚਾਹੁੰਦਾ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਉਹ ਬਾਕੀ ਸਾਰੇ ਇਹ ਕਹਿੰਦੇ ਆ ਕਿ ਹਾਲਤੀਂ ਘੜੀ ਬਾਕੀਆਂ ਤੋਂ ਅੱਗੇ ਆ। ਉਹਨਾਂ ਦੇ ਵਾਸਤੇ ਇਹ ਬੜਾ ਜ਼ਰੂਰੀ ਸੀ ਕਿ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਾਸਤੇ ਸੀਟ ਉਹ ਲੱਭਣ। ਜਿਹੜੀ ਸੀਟ ਬਿਲਕੁਲ ਸਿੱਕੇਬੰਦ ਹੋਵੇ ਕਿ ਉਮੀਦਵਾਰ ਜਿੱਤ ਸਕਦਾ। ਤਾਂ ਕਿ ਉਥੇ ਖਲੋਣ ਦੇ ਬਜਾਏ ਉਹ ਬਾਕੀ ਸਾਰੇ ਪੰਜਾਬ 'ਚ ਚੱਕਰ ਮਾਰ ਸਕੇ। ਜੀ। ਤੇ ਭਗਵੰਤ ਮਾਨ ਨੇ ਆਪਣੀ ਮਰਜ਼ੀ ਦੀ ਸੀਟ ਚੁਣੀ। ਉਸ ਸੀਟ ਦੇ ਉੱਤੇ ਪਿਛਲੀ ਵਾਰੀ 2017 ਚ ਜਿੱਤਣ ਵਾਲੇ ਕਾਂਗਰਸ ਦੇ ਉਮੀਦਵਾਰ ਨੂੰ ਜਿੰਨੀਆਂ ਵੋਟਾਂ ਪਈਆਂ ਸਨ। ਭਗਵੰਤ ਮਾਨ ਨੂੰ ਉਦੋਂ ਵੱਦ ਪਾਰਲੀਮੈਂਟ ਚੋਂ ਚੁਣਤੀ ਪਈ ਗਈ ਸੀ। ਪ੍ਰਭਾਵ ਉਹਦਾ ਉੱਥੇ ਹੈਗਾ। ਹੁਣ ਮੁਕਾਬਲਾ ਉਸੇ ਨਾਲ ਹੀ ਫੇਰ ਹੈ। ਇਸ ਮੁਕਾਬਲੇ ਚ ਕੌਣ ਕਿੰਨੇ ਪਾਣੀ ਚ ਇੱਥੇ ਪਤਾ ਲੱਗੂ ਬਾਅਦ ਵਿੱਚ। ਹਾਲ ਦੀ ਘੜੀ ਇਹ ਆ। ਕਿ ਉਹਦੀ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਨਾਲ ਉਹਦੇ ਵਾਸਤੇ ਜਿਹੜੀ ਸੀਟ ਹੈ ਬਹੁਤ ਸਿੱਕੇਬੰਦ ਚੁਣ ਕੇ ਕੱਢੀ ਹੈ ਤੇ ਜਿੱਤਾ ਐਲਾਨ ਆਇਆ ਤੇ ਆਉਂਦੇ ਸਾਰ ਦਸਾਂ 15 ਮਿੰਟਾਂ ਦੇ ਵਿੱਚ ਹੀ ਉੱਥੇ ਭੰਗੜੇ ਪੈਣ ਤੇ ਖੁਸ਼ੀਆਂ ਮਨਾਉਣ ਦਾ سلسلہ ਚੱਲ ਪਿਆ ਉਹਦੇ ਤੋਂ ਲੱਗਦਾ ਕਿ ਕੈਂਪੇਨ ਦਾ ਮੋਡ ਚੰਗਾ ਟਾਂ ਅੰਗਰੇਜ਼ੀ ਦਾ ਮੁਹਾਵਰਾ ਗੁੱਡ ਬੀਗਨ ਇਜ਼ ਹਾਫਟਨ ਜੀ ਜੇ ਸ਼ੁਰੂਆਤ ਚੰਗੀ ਹੋਵੇ ਤਾਂ ਸਮਝੋ ਅੱਧਾ ਕੰਮ ਉਦੋਂ ਹੀ ਹੋ ਗਿਆ ਹੁੰਦਾ ਬਾਕੀ ਅਗਲੇ ਦਿਨਾਂ 'ਚ ਪਤਾ ਲੱਗੂ ਮਾਨ ਸਰ ਆਮ ਆਦਮੀ ਪਾਰਟੀ ਚਲੋ ਭੰਗੜੇ ਪੈਂਦੇ ਆ ਪਰ ਕਾਂਗਰਸ ਵਿੱਚ ਖਿੱਚੋ ਤਾਣ ਚੱਲਦੀ ਪਈ ਐ ਜੇਕਰ ਇਹੀ ਗੱਲ ਹੁਣ ਅੱਗੇ ਵੱਲ ਤੋਰੀਏ ਤਾਂ ਰਣਦੀਪ ਸੂਰਜੇ ਵਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਐ ਨਾਲ ਨਵਜੋਤ ਸਿੰਘ ਸਿੱਧੂ ਵੀ ਸੀਗੇ ਉਹ ਕਹਿੰਦੇ ਐ ਕਿ ਨਵਜੋਤ ਸਿੰਘ ਸਿੱਧੂ ਦਾ ਮਾਡਲ ਤਾਂ ਠੀਕ ਐ ਹੰਮੀ ਭਰ ਦਿਤੀ ਐ ਨਾਨ ਨਾਲ ਇਹ ਕਿਹਾ ਕਿ ਪੰਜਾਬ ਦਾ ਸਰਦਾਰ ਚਰਨਜੀਤ ਸਿੰਘ ਜੰਨੀ ਐ ਇਹਦਾ ਮਤਲਬ ਪਾਰਟੀ ਦੋਹਾਂ ਨੂੰ ਨਾਲ ਰੱਖਣਾ ਚਾਹੁੰਦੀ ਐ ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਉਹ ਲਾਉਣ ਦੇ ਨੌਬਤ ਦਿੱਤੇ ਵਗੈਰਾ ਅਸਤੀਫਾ ਦੇ ਕੇ ਸੜਕ 'ਤੇ ਦਿੱਲੀ ਨੂੰ ਤੁਰ ਗਿਆ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਦਿਨ 80 ਚੋਂ 71 ਐਮਐਲਏ ਨਾਲ ਸੀ ਫਿਰ ਘਟਨੇ ਸ਼ੁਰੂ ਹੋ ਗਏ ਕਿਉਂਕਿ ਮਾਹੌਲ ਹੀ ਵੱਖਰੀ ਕਿਸਮ ਦਾ ਬਣ ਗਿਆ ਪਹਿਲਾਂ ਤਾਂ ਮੁੱਖ ਮੰਤਰੀ ਕੌਣ ਬੇਦ ਉੱਤੇ ਝਗੜਾ ਫਿਰ ਬਾਕੀ ਸਾਰਿਆਂ ਨੂੰ ਰੱਦ ਕਰਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਹਿਮਤੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਵਾਇਆ ਸੀ ਜੀ ਇਹਦੇ ਉੱਤੇ ਮੈਂ ਸਹਿਮਤ ਹਾਂ ਮੈਂ ਬਾਕੀਆਂ ਤੇ ਸਹਿਮਤ ਨਹੀਂ ਔਰ ਚਾਹੇ ਨਾ ਕਿ ਅਗਲੇ ਦਿਨ ਇਹਨੂੰ ਲੈ ਕੇ ਤੇ ਅੰਮ੍ਰਿਤਸਰ ਤੁਰ ਗਏ ਫਿਰ ਦੋ ਦਿਨ ਅੰਮ੍ਰਿਤਸਰ ਜਿਹੜਾ ਤਮਾਸ਼ਾ ਹੁੰਦਾ ਰਿਹਾ ਚੰਨੀ ਬਾਈ ਇੱਥੇ ਜਾ ਚੰਨੀ ਬਾਈ ਉੱਥੇ ਜਾ ਚੰਨੀ ਬਾਈ ਪਰੌਂਠੇ ਕਾ ਚੰਨੀ ਬਾਈ ਸੋਲੇ ਕਾ ਚੰਨੀ ਬਾਈ ਲੱਸੀ ਪੀ ਚੰਨੀ ਬਾਈ ਆ ਜਾ ਉਧਰ ਨੂੰ ਚਲੀਏ ਉਹ ਲੋਕੀ ਵੇਖਦੇ ਸੀ ਮੁੱਖ ਮੰਤਰੀ ਨੂੰ ਗਲੀ ਗਲੀ ਕਮਾਇਆ ਜਾ ਰਿਹਾ ਕੀ ਤਮਾਸ਼ਾ ਜੀ ਬੜੇ ਹਾਸੋਈ ਨਹੀਂ ਗੱਲ ਸੀ ਅੰਮ੍ਰਿਤਸਰ ਇੱਕ ਸੜਕ ਦੇ ਉੱਤੇ ਖਲੋ ਕੇ ਉਹ ਤੋਂ ਆਰਡਰ ਜਾਰੀ ਕਰਾਇਆ ਗਿਆ ਕਿ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸਟ ਦਾ ਜਿਹੜਾ ਚੇਅਰਮੈਨ ਹੈ ਉਹ ਲਾਤਾ ਜਾਵੇ ਤੇ ਫੁਲਾਣੇ ਫੁਲਾਣੇ ਨਵੇਂ ਕਾਂਗਰਸੀ ਲੀਡਰ ਰੋਬਰਿਆ ਜਿਹੜਾ ਉਹਦੀ ਪਸੰਦ ਦਾ ਫੁਲਾਣਾ ਬੰਦਾ ਬਣਾਤਾ ਜਾਵੇ ਇਹ ਜੋ ਕੁਝ ਉੱਥੇ ਹੋਇਆ ਸੀ ਉਹ ਸਾਰਾ ਤਮਾਸ਼ਾ 4 ਦਿਨ ਵੀ ਨਹੀਂ ਚੱਲਿਆ ਦੋਵਾਂ ਦੇ ਰਸਤੇ ਅੱਡ-ਅੱਡ ਹੋਣ ਲੱਗ ਪਏ ਪ੍ਰਧਾਨ ਕਿਸੇ ਪਾਸੇ ਮੁੱਖ ਮੰਤਰੀ ਕਿਸੇ ਪਾਸੇ ਫਿਰ ਅੰਦਰ ਦੀਆਂ ਗੱਲਾਂ ਬਾਹਰ ਆਉਣ ਲੱਗ ਪਈਆਂ ਕਿ ਅੰਦਰ ਟਕਰਾਅ ਹੈ ਦੋਵਾਂ ਦਾ ਸ਼ਖਸੀਅਤਾਂ ਟਕਰਾਅ ਹੈ ਪਾਰਟੀ ਦਾ ਮੁਖੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨੂੰ ਮਾਨ ਸਨਮਾਨ ਦੇਣ ਨੂੰ ਤਿਆਰ ਨਹੀਂ ਕਦੇ-ਕਦੇ ਉਹਦਾ ਜ਼ਿਕਰ ਜਾ ਕਰ ਜਾਂਦਾ ਜਿਵੇਂ ਐਵੇਂ ਹੀ ਕਈ ਲੋਕੀ ਗੱਲਾਂ ਕਰਦਾ ਕਰਦਾ ਕਹਿੰਦੇ ਨੇ ਨਾ ਯਾਨੀ ਕਿ ਮਤਲਬ ਕਿ ਬਸ ਉਹ ਯਾਨੀ ਕਿ ਮਤਲਬ ਕਿ ਇੰਨਾ ਕੁ ਉਹਦਾ ਜ਼ਿਕਰ ਕਰ ਲਿੰਦਾ ਚਰਨਜੀਤ ਸਿੰਘ ਚੰਨੀ ਦਾ ਉਹਦੇ ਵੱਤ ਤੇ ਕਰਦਾ ਹੀ ਨਹੀਂ ਜੀ ਉਹ ਪਾਰਟੀ ਦਾ ਜਿਕਰ ਵੀ ਘੱਟ ਕਰਦਾ ਤੇ ਹਰ ਗੱਲ ਤੇ ਉਹ ਕਹਿੰਦਾ ਸਿੱਧੂ ਆ ਕਹਿੰਦਾ ਜਦੋਂ ਚਾਰ ਪੰਜ ਉਹਦੇ ਸਿੱਧੂ ਕਹ ਲੈ ਤੇ ਮੁੜ ਕੇ ਉਹਨੂੰ ਚੇਤਾ ਆਇਂਦਾ ਜਿਆਦਾ ਵਾਰ ਹੋ ਗਿਆ ਫਿਰ ਉਹ ਕਹਿੰਦਾ ਭਗਵੰਤ ਸਿੰਘ ਸਿੱਧੂ ਦਾ ਪੁੱਤਰ ਆ ਕਹਿੰਦਾ ਇਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਇਹਦੇ ਨਾਲ ਨਾਲ ਕਈ ਵਾਦ-ਵਾਦ ਜੁੜਦੇ ਗਏ ਹੁਣ ਜਿਹੜਾ ਰੇਤ ਬੱਜਰੀ ਦੇ ਨਜਾਇਜ਼ ਮਾਈਨਿੰਗ ਦਾ ਮੁੱਦਾ ਉਹ ਵੀ ਜੁੜ ਗਿਆ ਇਹਦੇ ਘਰ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰੇਡ ਇਹਦੇ ਘਰ ਤੇ ਨਾ ਸੀ ਸਾਲੀ ਦੇ ਘਰ ਤੇ ਆ ਜਾ ਤਾਂ ਆਪਸੋ ਚਿਰਦੇ ਵਰਤੇ ਹੋਣ ਜਦੋਂ ਪਰਿਵਾਰ ਸਾਂਝਾ ਰਾਤ ਦਿਨ ਦਾ ਮਿਲਣ ਬੈਠਣਾ ਤੇ ਫਿਰ ਉਹ ਰੇਡ ਵੀ ਦੋਵਾਂ ਦੇ ਉੱਤੇ ਸਾਂਝੀ ਮੰਨੇ ਜਾਣੇ ਆ ਜੀ ਉਹ ਜੋ ਕੁਝ ਹੈ ਉਹ ਪੋਜੀਸ਼ਨ ਉਹਦੀ ਵੀ ਪਹਿਲਾਂ ਬੜੀ ਨਹੀਂ ਖਰਾਬ ਹੋਈ ਪਈ ਹੁਣ ਇੱਥੇ ਟਕਰਾਅ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਦੇ ਦਿੱਤਾ ਤੁਸੀਂ ਵੀ ਚਿਹਰਾ ਦੱਸੋ ਕੋਈ ਪਹਿਲਾਂ ਤਾਂ ਕੇਂਦਰ ਵਿੱਚੋਂ ਆਖਿਆ ਗਿਆ ਕਿ ਅਸੀਂ ਤਿੰਨ ਲੀਡਰਾਂ ਦੇ ਨਾਂ ਦੇ ਉੱਤੇ ਚੋਣ ਲੜਾਂਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਮੀਦਵਾਰਾਂ ਦੀ ਚੋਣ ਕਮੇਟੀ ਦਾ ਚੇਅਰਮੈਨ ਸੁਨੀਲ ਜਾਖੜ ਸੁਨੀਲ ਜਾਖੜ ਨੇ ਆਪਣੀ ਸੀਟ ਭਤੀਜੇ ਨੂੰ ਦੇ ਦਿੱਤੀ ਉਹ ਲੜਾਈ ਚੋਂ ਬਾਹਰ ਹੋ ਗਿਆ ਲੱਗ ਰਿਹਾ ਤੁਸੀਂ ਦਮ ਜੀ ਹੁਣ ਇਹਨਾਂ ਦੋਹਾਂ ਚੋਂ ਕੌਣ ਲੀਡਰ ਹੋਵੇ ਤੇ ਕੌਣ ਨਾ ਹੋਵੇ ਇਹਦੇ ਉੱਤੇ ਪਾਰਟੀ ਦੇ ਵਿੱਚ ਅਜੇ ਤੱਕ ਵੀ ਨਾ ਪੰਜਾਬ ਵਿੱਚ ਨਾ ਕੇਂਦਰ ਵਿੱਚ ਕੋਈ ਏਕਾ ਨਹੀਂ ਹੋ ਰਿਹਾ ਅੱਜ ਰਣਜੀਤ ਸਿੰਘ ਸੂਰਜੇਵਾਲਾ ਬੋਲੇ ਉਨੇ ਕਹਤਾ ਜੀ ਪਾਰਟੀ ਜਿਹੜੀ ਹੈ ਇਹਦੇ ਚ ਪਾਰਟੀ ਦਾ ਪੰਜਾਬ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਹੈ ਪਰ ਉਹਦਾ ਸਾਨੂੰ ਪੰਜਾਬ ਮਾਡਲ ਵੀ ਪ੍ਰਵਾਨ ਹੈ ਫਿਰ ਤੁਸੀਂ ਚੋਣ ਕਿ ਦੀ ਅਗਵਾਈ ਚ ਲੜਨੀ ਹੈ ਪੰਜਾਬ ਦੇ ਸਰਦਾਰਿਤ ਸਰਦਾਰ ਦੀ ਸਰਦਾਰੀ ਚੱਲੂਗੀ ਜਾਂ ਪੰਜਾਬ ਦਾ ਮਾਡਲ ਬਣਾਉਣ ਵਾਲਾ ਜਿਹੜਾ ਕਲਾਕਾਰ ਉਹਦੀ ਕਲਾ ਵਰਤੂਗੀ ਦੋਹਾਂ ਚੋਂ ਤੁਸੀਂ ਕਰਨਾ ਕੀ ਹੈ ਇਹ ਸੂਰਜੇ ਵਾਲਾ ਵੀ ਨਹੀਂ ਦੱਸ ਸਕਿਆ ਇਹ ਇਹ ਜੀ ਦੋਵੇਂ ਨੇ ਰੜਕੇ ਚੱਣਗੇ ਵੀ ਲੋਕੀ ਉਹਦੇ ਆਲੇ ਵੇਖਣਗੇ ਕਿ ਉਹਦੇ ਆਲੇ ਵੇਖਣਗੇ ਜੀ ਉਹ ਇਹਦਾ ਮਾਡਲ ਜਿਹੜਾ ਉਹਨੂੰ ਚੰਨੀ ਨੇ ਅਜੇ ਤੱਕ ਕਦੇ ਇਹ ਨਹੀਂ ਆਖਿਆ ਕਿ ਮੈਂ ਪੰਜਾਬ ਦਾ ਮਾਡਲ ਮੰਨੂਗਾ ਜਿਹੜਾ ਸਿੱਧੂ ਨੇ ਦਿੱਤਾ ਤੇ ਸਿੱਧੂ ਨੇ ਕਦੇ ਇਹ ਨਹੀਂ ਆਖਿਆ ਕਿ ਜੋ ਚੰਨੀ ਕਰਦਾ ਉਹਦੀ ਸਰਕਾਰ ਨੇ ਜੋ ਕੁਝ ਚੰਗਾ ਕੀਤਾ ਮੈਂ ਕਰਵਾਤਾ ਉਹ ਤਾਂ ਕਹਿੰਦਾ ਕੀਤਾ ਹੀ ਨਹੀਂ ਉਹਦੇ ਨਾਲ ਦੇ ਵੀ ਉਸ ਵੇਲੇ ਉੱਠ ਕੇ ਚੰਨੀ ਤੇ ਅਟੈਕ ਕਰਦੇ ਆ ਫਿਰ ਆਖਰ ਲੋਕਾਂ ਨੂੰ ਪਤਾ ਤੇ ਲੱਗੇ ਕਿ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਂ ਜਾਣਾ ਜਦੋਂ ਲੋਕਾਂ ਕੋਲ ਤੁਸੀਂ ਮੈਦਾਨ 'ਚ ਜਾਣਾ ਉੱਥੇ ਸਿੱਧੂ ਦੀ ਸਿਆਣਪ ਚੱਲੋਗੇ ਜਾਂ ਜੰਨੀ ਜਿਹੜਾ ਉਹਦਾ ਕੀਤਾ-ਕਤਰਾ ਲੈ ਕੇ ਤੁਸੀਂ ਜਾਓਗੇ ਭਲਕੀ ਦੇ ਸਿਰ ਤੇ ਖੱਟਣੀ ਆ ਇਹ ਕੁਝ ਦੱਸੋ ਤਾਂ ਸਹੀ ਉਹ ਬਿਲਕੁਲ ਨਹੀਂ ਦੱਸਿਆ ਗਿਆ ਕੰਨੀ ਕਤਰਾ ਕੇ ਨਿਕਲ ਗਈ ਪਾਰਟੀ ਕੰਦੇ ਰਲ ਕੇ ਚੋਣਾਂ ਲੜਨ ਪਰ ਤੁਸੀਂ ਰੇਤ ਦੀ ਗੱਲ ਕੀਤੀ ਸੀ ਨਜਾਇਜ਼ ਮਾਈਨਿੰਗ ਦੇ ਮਾਮਲੇ ਤੇ ਵੈਸੇ ਨਵਜੋਤ ਸਿੰਘ ਸਿੱਧੂ ਦੀ ਕੋਈ ਪ੍ਰਤੀਕਿਰਿਆ ਉਹ ਨਹੀਂ ਆਈ ਨਹੀਂ ਜਿਸ ਤਰ੍ਹਾਂ ਉਹਨਾਂ ਮੁੱਦਾ بار-बार ਚੁੱਕਦੇ ਰਹੇ ਐ ਕੀ ਕਾਰਨ ਲੱਗਦਾ ਹੈ ਇਹਦੇ ਪਿੱਛੇ ਵੀ ਨਹੀਂ ਇਸ਼ਾਰਿਆਂ ਜਿਹਾਂ ਦੇ ਵਿੱਚ ਉਹਨੇ ਕੁਝ ਨਾ ਕੋਈ ਨੁਕਤਾ ਜਿੰਨੀ ਕੀਤੀ ਹੈ ਜੀ ਇਸ਼ਾਰਿਆਂ ਚ ਕੀਤੀ ਹੈ ਉਹਨੇ ਇਸ਼ਾਰਿਆਂ ਚ ਕੀਤੀ ਹੈ ਖੁੱਲ ਕੇ ਕਿਉਂ ਨਹੀਂ ਕਰਦਾ ਇਸ ਕਰਕੇ ਨਹੀਂ ਕਰਦਾ ਕਿ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਪੰਜਾਬ ਦਾ ਹਰ ਐਮਐਲਏ ਨਜਾਇਜ਼ ਮਾਈਨਿੰਗ ਚ ਸ਼ਾਮਲ ਹੈ ਜੀ ਜਦੋਂ ਹਰ ਐਮਐਲਏ ਕਹਿੰਦਾ ਉਸ ਹਰ ਐਮਐਲਏ ਦੇ ਵਿੱਚੋਂ ਪੰਜਾਬ ਦੇ ਪਟਿਆਲਾ ਸ਼ਹਿਰੀ ਹਲਕੇ ਤੋਂ ਜਿੱਤਿਆ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਇਆ ਜੀ ਜਾਂ ਤਾਂ ਕਹਿੰਦਾ ਮੇਰੇ ਤੋਂ ਬਗੈਰ ਹਰ ਹਰ ਐਮਐਲਏ ਉਹਨੇ ਹਰ ਐਮਐਲਏ ਕਹਿੰਦਾ ਮੈਂ ਲੋ ਵੀ ਸ਼ਾਮਲ ਹੈ ਨਵਜੋਤ ਸਿੰਘ ਵੀ ਫਿਰ ਸ਼ਾਮਲ ਹੋਗਾ ਫਿਰ ਮੁੱਖ ਮੰਤਰੀ ਵੀ ਹੋਗਾ ਮੈਨੂੰ ਹੈਰਾਨੀ ਹੋਈ ਕਿ ਐਡੀ ਵੱਡੀ ਊਜੋ ਨੇ ਲਾਤੀ ਆ ਕੀ ਇਹ ਗੱਲ ਸੱਚੀ ਹੈ ਜਿਹੜਾ ਪੰਜਾਬ ਦੇ 117 ਦੇ ਵਿੱਚੋਂ ਇੱਕ ਤੇ ਉਹ ਆ ਬਾਕੀ 116 ਚ ਇੱਕ ਵੀ ਐਮਐਲਏ ਹਿੱਕ ਠੋਕੇ ਬਾਹਰ ਨਹੀਂ ਆਇਆ ਕਿ ਦੱਸ ਮੈਂ ਕਿਹੜੇ ਟੰਗ ਨਾਲ ਸ਼ਾਮਲ ਆ ਓਏ ਮੇਰਾ ਨਾਂ ਕਿਦਾਂ ਲਿਆਤਾ ਜੀ ਕਿਸੇ ਇੱਕ ਨੇ ਵੀ ਨਹੀਂ ਆਖਿਆ ਉਹਦਾ ਕਾਰਨ ਕੀ ਹੈ ਅੱਧੇ ਤੋਂ ਵੱਧ ਪੰਜਾਬ ਦੇ ਐਮਐਲਏ ਵੱਖ-ਵੱਖ ਪਾਰਟੀਆਂ ਦੇ ਮੁੱਖ ਤੌਰ ਤੇ ਕਾਂਗਰਸੀ ਪਰ ਕੁਝ ਕਾਲੀ ਵੀ ਇਹ ਕੰਮ ਕਰਦੇ ਪਏ ਤੇ ਕਰਾਉਂਦੇ ਪਏ ਕੁਝ ਇਹੋ ਜਿਹਾ ਜਿਹੜੇ ਆ ਪਿੱਛੇ ਰੱਖ ਕੇ ਰਹਿ ਕੇ ਠੇਕੇਦਾਰਾਂ ਨਾਲ ਹਿੱਸਾ ਪੱਤੀ ਰੱਖਦੇ ਆ ਪਰ ਕੁਝ ਇਹੋ ਜਿਹੇ ਆ ਜਿਨ੍ਹਾਂ ਨੇ ਕਦੇ ਮਾਈਨਿੰਗ ਕੀਤੀ ਨਹੀਂ ਕਦੇ ਮਾਈਨਿੰਗ ਕਰਾਈ ਨਹੀਂ ਕਦੇ ਹਿੱਸਾ ਪੱਤੀ ਰੱਖੀ ਨਹੀਂ ਪਰ ਜਿਹੜੇ ਚੋਰ ਆ ਉਹ ਜਿੰਨਾ ਚੜਾਵਾ ਆ ਕੇ ਚਰਨਾ ਚ ਚੜਾ ਦਿੰਦੇ ਚੁੱਪ ਕਰਕੇ ਦੇਵ ਜੀ ਪਾਲਿੰਦੇ ਨਾ ਨਹੀਂ ਕੀਤੀ ਜੀ ਇਹਨਾਂ ਚ ਉਹ ਵੀ ਨੇ ਜਿਹੜੇ ਬੜੇ ਸ਼ਰੀਫ ਗਿਣੇ ਜਾਂਦੇ ਆ ਉਹਨਾਂ ਦੇ ਨਾਮ ਵੀ ਆਉਂਦੇ ਪਏ ਇਹੀ ਕਾਰਨ ਹੈ ਕਿ 117 ਚੋਂ ਇੱਕ ਵੀ ਮੂੰਹ ਪਾੜ ਕੇ ਨਹੀਂ ਬੋਲਿਆ ਕਿ ਮੇਰਾ ਨਾਂ ਕਿਦਾਂ ਲੇਤਾ ਓਏ ਔਰ ਲੈਂਡ ਵਾਲਿਆਂ ਨੇ ਇਹ ਵੀ ਨਹੀਂ ਸੋਚਿਆ ਕਿ 117 ਦੇ ਵਿੱਚ ਮੈਂ ਵੀ ਆਉਣਾ ਜੀ ਤੇ ਫਿਰ ਹੁਣ ਇੱਥੇ ਕਿਹਨੂੰ ਤੁਸੀਂ ਆਖੋਗੇ ਨਵਜੋਤ ਸੋ ਸਿੱਧੂ ਇਹਦੇ ਬਾਰੇ ਕਿਉਂ ਨਹੀਂ ਬੋਲ ਰਿਹਾ ਉਹਨੂੰ ਬੋਲਣਾ ਚਾਹੀਦਾ ਸੀ ਬਿਲਕੁਲ ਇਸ ਕਰਕੇ ਨਹੀਂ ਬੋਲਿਆ ਕਿ ਜਿਨ੍ਹਾਂ ਦੇ ਨਾਂ ਆਉਂਦੇ ਆ ਜਿਨ੍ਹਾਂ ਦੀਆਂ ਖੰਡਾਂ ਦੇ ਉੱਤੇ ਛਾਪਾ ਸੁਖਬੀਰ ਸੋ ਬਾਦਲ ਨੇ মিডিਆ ਨਾਲ ਲਿਜਾ ਕੇ ਮਾਰਿਆ ਸੀ ਉਹਨਾਂ ਦੇ ਜਾ ਕੇ ਹਮੈਤੋ ਵਿੱਚ ਜਲਸੇ 'ਚ ਬੋਲ ਕੇ ਆ ਇਹਨੂੰ ਵੋਟਾਂ ਪਾਉਣੀਆਂ ਆ ਇਹ ਸੋਚ ਕੇ ਨਹੀਂ ਪਾਉਣੀਆਂ ਕਿ ਇਹ ਬੰਦਾ ਖੜਾ ਤੁਸੀਂ ਇਹ ਸੋਚੋ ਕਿ ਨਵਜੋਤ ਸੋ ਸਿੱਧੂ ਖੜਾ ਸਾਪੜੇ ਦਿੱਤੇ ਗਏ ਜੇ ਵੱਡਾ ਚੋਰ ਜਿਹੜਾ ਉਦੇ ਬਾਰੇ ਆਖਣਾ ਇਹ ਨਾ ਸੋਚਿਓ ਇਹ ਖੜਾ ਸਿੱਧੂ ਖੜਾ ਤੇ ਫਿਰ ਸਿੱਧੂ ਬੋਲੇਗਾ ਕੀ ਬਿਲਕੁਲ ਸਿੱਧੂ ਨੂੰ ਥੋੜਾ ਆਪਣਾ ਪੱਲਾ ਬਚਾ ਕੇ ਜਾਂ ਤਾਂ ਬੋਲਣਾ ਚਾਹੀਦਾ ਸੀ ਪਹਿਲਾਂ ਤੇ ਜੇ ਬੋਲ ਗਿਆ ਤੇ ਹੁਣ ਉਹਦੇ ਤੋਂ ਬੈਗਰ ਨਹੀਂ ਨਾ ਲੱਗ ਸਕਦਾ ਜੀ ਪੰਸਾਹਬ ਕਰੋਨਾ ਦੀ ਗੱਲ ਜ਼ਰੂਰ ਕਰਨੀ ਹੈ ਕਿਉਂਕਿ ਪੂਰੇ ਵਿਸ਼ੇ ਵਿੱਚ ਕਰੋਨਾ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ ਪੰਜਾਬ ਵਿੱਚ ਵੀ ਹੁਣ ਕੇਸ ਤੇਜ਼ੀ ਨਾਲ ਵਧਦੇ ਜਾ ਰਿਹਾ ਹੈ ਉਧਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਵੀ ਕੱਲ ਰਿਪੋਰਟ ਪੋਜ਼ਿਟਿਵ ਆ ਗਈ ਹੈ ਕਿਵੇਂ ਦੇਖਦੇ ਹਾਂ ਦੇਖੋ ਪ੍ਰਕਾਸ਼ ਸਿੰਘ ਬਾਦਲ ਐਸ ਵੇਲੇ ਸਦੀਪੂਰੀ ਕਰਨ ਦੇ ਨੇੜੇ ਤੇੜੇ ਪਹੁੰਚੇ ਪਏ ਜੀ ਉਦਰਾ ਸਿਆਸੀ ਮਤ ਪੇ ਜੋ ਮਰਜ਼ੀ ਹੋਣ ਉਹਦੀ ਨੁਕਤਾਚੀਨੀ ਹੋਰ ਗੱਲਾਂ ਤੇ ਕਰੋ ਇੱਕ ਮਨੁੱਖ ਦੇ ਤੌਰ ਤੇ ਇਨਸਾਨ ਦੇ ਤੌਰ ਤੇ ਉਹਦੀ ਲੰਮੀ ਉਮਰ ਦੀ ਕਾਮਨਾ ਕਰਨੀ ਚਾਹੀਦੀ ਹੈ ਜੀ ਉਦਾਂ ਉਹਦੇ ਬਿਮਾਰ ਹੋਣ ਚ ਇਹ ਠੀਕ ਹੈ ਭਾਰਤ ਵਿੱਚ ਕਰੋਨਾ ਵਧ ਰਿਹਾ ਠੀਕ ਹੈ ਪੰਜਾਬ ਵਿੱਚ ਵਧ ਰਿਹਾ ਗਲਤੀਆਂ ਖੁਦ ਬਾਦਲ ਸਾਹਿਬ ਦੀਆਂ ਵੀਆਂ ਤੇ ਉਹਨਾਂ ਦੇ ਪਰਿਵਾਰ ਦੀਆਂ ਵੀਆਂ ਜਦੋਂ ਤੁਹਾਨੂੰ ਪਤਾ ਪਿਛਲੇ ਡੇਢ ਸਾਲ ਤੋਂ ਪਉਣੇ ਦੋ ਸਾਲਾਂ ਤੋਂ ਬਾਪੂ ਘਰ ਬੈਠਾ ਜਾਂ ਬਾਲਾਸਰ ਦੇ ਬਾਗਾਂ 'ਚ ਹੁੰਦਾ ਕਿਸੇ ਨਾਲ ਹੱਥ ਤੱਕ ਨਹੀਂ ਮਿਲਾਉਂਦਾ ਕਿਸੇ ਨੂੰ ਪਹਿੜੀ ਹੱਥ ਨਹੀਂ ਲਾਉਣ ਦਿੰਦਾ ਕਿਸੇ ਨੂੰ ਅਸ਼ੀਰਵਾਦ ਨਹੀਂ ਦਿੰਦਾ ਸਿਰਫ ਇਸ ਕਰਕੇ ਕਿ ਕਰੋਨਾ ਤੋਂ ਬਚਿਆ ਰਵਾਂ ਤੇ ਫਿਰ ਭਾਈ ਤੁਸੀਂ ਇਹੋ ਜਿਹੇ ਮੌਕੇ ਚੂਣਾ 'ਚ ਬਾਪੂ ਨੂੰ ਕਿਉਂ ਘਟਨਾ ਸੀ ਉਹਨੂੰ ਗੱਡੀ ਤੇ ਬਿਠਾ ਕੇ ਪਿੰਡ-ਪਿੰਡ ਘੁਮਾਇਆ ਗਿਆ ਸੱਥਾਂ 'ਚ ਲੋਕਾਂ ਨੂੰ ਮਿਲਿਆ ਹਰ ਇੱਕ ਨਾਲ ਸ਼ਾਬਾਸ਼ ਹੈ ਤੂੰ ਮੱਖਣ ਸਾਂ ਠੀਕ ਹੈ ਕਰਤਾਰਾ ਸਾਂ ਤੇਰਾ ਕੀ ਹਾਲ ਹੈ ਲੋਕਾਂ ਦੇ ਪਿੱਠ ਤੇ ਥਾਪੜੇ ਦਿੱਤੇ ਲੋਕਾਂ ਤੋਂ ਗੋਡੀਆਂ ਹੱਥ ਵੀ ਲਵਾਏ ਆ ਪਿਛਲੇ 3 ਦਿਨਾਂ ਤੋਂ ਬਾਪੂ ਗੱਡੀ 'ਚ ਉਤਰਨ ਨੂੰ اٹਕ ਗਿਆ ਸੀ ਗੱਡੀ 'ਚ ਬੈਠਾ ਜਦੋਂ ਅਸ਼ੀਰਵਾਦ ਦਿੰਦਾ ਸੀ ਤੇ ਜਾਪਦਾ ਸੀ ਬਾਪੂ ਠੀਕ ਨਹੀਂ ਹੋ ਉਸੇ ਦਿਨ ਚੱਕਰੋਂਦੇ ਇਹਨਾਂ ਕੀਤੀ ਲਾਪਰਵਾਹੀ ਹੁਣ ਉਹ ਹਸਪਤਾਲ ਦਾਖਲ ਕਰਾਇਆ ਮੈਂ ਚੇਤਾ ਕਰਾਵਾਂ ਇੱਕ ਚੋਣ ਅੱਗੇ ਇਸੇ ਬਾਪੂ ਪ੍ਰਕਾਸ਼ ਉਹ ਬਦਲ ਨੂੰ ਭਾਰੂ ਪਈ ਸੀ ਜੀ 1998 ਦੀ ਚੋਣ ਸੀ ਪਾਰਲੀਮੈਂਟ ਦੀ ਜਲੰਧਰ ਤੋਂ ਇਹਨਾਂ ਦਾ ਮਿੱਤਰ ਤੇ ਪੰਜਾਬ ਭਾਰਤ ਦਾ ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਖੜਾ ਸੀ ਪਰੀਦਕੋਟ ਦੀ ਪਾਰਲੀਮੈਂਟ ਸੀਟ ਉਦੋਂ ਰਿਜ਼ਰਵ ਨਹੀਂ ਸੀ ਜਨਰਲ ਸੀ ਉੱਥੇ ਸੁਖਵੀਰ ਸਿੰਘ ਬਾਦਲ ਖੜਾ ਸੀ ਕਦੇ ਬਾਦਲ ਸਾਹਿਬ ਸ਼ਾਹਕੋਟ ਹੁੰਦੇ ਸੀ ਮਿੱਤਰ ਦੀ ਮਦਦ ਵਾਸਤੇ ਕਦੇ ਧਰਮਕੋਟ ਹੁੰਦੇ ਸੀ ਪੁੱਤਰ ਦੀ ਮਦਦ ਵਾਸਤੇ ਮਿੱਤਰ ਤੇ ਪੁੱਤਰ ਦੋਵਾਂ ਦੀਆਂ ਹਲਕਿਆਂ ਦੇ ਦੋਵਾਂ ਦੇ ਹਲਕਿਆਂ ਦੇ ਵਿਚਾਲੇੋਂ ਲੰਘਦਾ ਸੀ ਸਾਤੋਈ ਦਰਿਆ ਤੇ ਉੱਥੇ ਪਾਣੀ ਉਦੋਂ ਬਹੁਤ ਖਰਾਬ ਹੋ ਚੁੱਕਾ ਸੀ ਇਹ ਲੋਕਾਂ ਜਿਹੜੇ ਇੱਕ ਬੋਤਲ ਦਾ ਪਾਣੀ ਪੀ ਨਹੀਂ ਸਕਦੇ ਉਹ ਪਾਣੀ ਜਿਹੜਾ ਪੀਂਦੇ ਰਹੇ ਉਹ ਬੱਚਾ ਨਹੀਂ ਸੀ ਬਿਨੈ ਬਿਮਾਰ ਹੋ ਗਏ ਮੁੜ ਕੇ ਅਮਰੀਕਾ ਜਾ ਕੇ ਇਲਾਜ ਕਰਾਉਣਾ ਪਿਆ ਸੀ ਇਥੇ ਇਹਨਾਂ ਦੇ ਵਿਰੋਧੀ ਮਜ਼ਾਕ ਕਰਦੇ ਸੀ ਹੁਣ ਤਾਂ ਬਾਦਲ ਬਖਸ਼ੇ ਚ ਬੰਦ ਹੋ ਕੇ ਆਊਗਾ। ਬਾਦਲ ਸਾਹਿਬ ਦੀ ਉਮਰ ਲੰਮੀ ਹੋ ਗਈ ਠੀਕ ਹੈ ਵਧੀਆ ਕੋਈ ਗੱਲ ਨਹੀਂ। ਜੀ ਚੰਗਾ ਹੋਇਆ। ਪਰ ਹੁਣ ਫਿਰ ਚੋਣਾਂ ਦੇ ਵਿੱਚ ਹੀ ਉਹ ਪ੍ਰ ਇਹ ਚੋਣਾਂ ਦੇ ਦਿਨਾਂ ਚ ਆ ਕੇ ਬਾਦਲ ਸਾਹਿਬ ਇਹਨਾਂ ਲਾਪਰਵਾਹ ਕਿਉਂ ਜਾਂਦੇ ਆ? ਇਹ ਸਿਰਫ ਚੋਣਾਂ ਦੇ ਨਤੀਜੇ ਤੇ ਸੀਟ ਕਿਉਂ ਦਿਸਦੀ ਹੈ? ਬਾਕੀਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਬਾਪੂ ਦੀ ਉਮਰ ਕਿੰਨੀ ਹੈ। ਇਦਾਂ ਨਹੀਂ ਸੀ ਕਰਨਾ ਚਾਹੀਦਾ ਲਾਪਰਵਾਹੀ ਉਹਨਾਂ ਨੂੰ ਹਸਪਤਾਲ ਤੱਕ ਲੈ ਗਈ ਆ। ਹੁਣ ਸਾਰਿਆਂ ਨੂੰ ਰਲ ਕੇ ਉਹਨਾਂ ਦੀ ਸਿਹਤ ਵਾਸਤੇ ਧਿਆਨ ਦੇਣਾ ਚਾਹੀਦਾ। ਲੈਜ ਤੇ ਡਾਕਟਰਾਂ ਕਰਨਾ ਪਰ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਬਾਪੂ ਨੂੰ ਦੁਬਾਰਾ ਇਹੋ ਜੇ ਰਿਸਕ ਵਿੱਚ ਨਾ ਪਾਇਆ ਜਾਵੇ ਆ ਉਮਰ ਇਹੋ ਜੀ ਨਹੀਂ ਜਿੱਥੇ ਜਵਾਨਾਂ ਵਾਂਗ ਬਾਪੂ ਨੂੰ ਛੜੱਪੇ ਮਾਰਨ ਵਾਸਤੇ ਤੇ ਰੈਲੀਆਂ 'ਚ ਬੋਲਣ ਵਾਸਤੇ ਤੇ ਵੋਟਾਂ ਮੰਗਣ ਵਾਸਤੇ ਘਰੋਂ ਘਰਪੇ ਘੁਮਾਇਆ ਜਾਵੇ ਥੋੜਾ ਜਿਹਾ ਹੱਥ ਰੱਖਣੀ ਚਾਹੀਦੀ ਉਹਦੀ ਉਮਰ ਦਾ ਖਿਆਲ ਕਰਨਾ ਚਾਹੀਦਾ ਜੀ ਪੰ ਸਰਬ ਜੂਪੀ ਦੀਆਂ ਚੋਣ ਸਰਗਰਮੀਆਂ ਦੀ ਗੱਲ ਵੀ ਕਰਦੇ ਆ ਪਹਿਲਾਂ ਤੇ ਇਹ ਚਰਚਾ ਸੀ ਕਿ ਭਾਜਪਾ ਦੇ ਵਿੱਚੋਂ ਸਮਾਜਵਾਦੀ ਪਾਰਟੀ ਵਿੱਚ ਜਾ ਰਹੇ ਆ ਔਰ ਸਮਾਜਵਾਦੀ ਪਾਰਟੀ ਦੀ ਨੋ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ ਮੁਲੇਮ ਸਿੰਘ ਜਾਦਵ ਦੀ ਇਹ ਕਿੰਨਾ ਕੁ ਪ੍ਰਭਾਵ ਪਿਆ ਸਾਡਾ ਚੋਣਾਂ ਤੇ ਉਹਨੂੰ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲੇਮ ਸਿੰਘ ਦੀ ਨੋ ਕਹੀ ਜਾਂਦੇ ਅਸਲ ਜੀ ਮੁਲੇਮ ਸਿੰਘ ਦੀ ਨੋ ਨਹੀਂ ਜੀ ਮੁਲੇਮ ਸਿੰਘ ਜੋ ਰੱਖਿਆ ਮੰਤਰੀ ਹੁੰਦਾ ਸੀ 50 ਤੋਂ ਟੱਪ ਚੁੱਕਾ ਸੀ ਉਦੋਂ ਕਰੜਬਰੜਾ ਇਸਕ ਪਿਆ ਉਥੋਂ ਇੱਕ ਔਰਤ ਨੂੰ ਪੱਟ ਲਿਆ ਸੀ ਉਹਦੇ ਦੋ ਜਵਾਬ ਸੀ ਉਹ ਪਹਿਲਾਂ ਆਪਣੇ ਘਰ ਰੱਖੀ ਪਰ ਹੌਲੀ-ਹੌਲੀ ਜਦੋਂ ਉਹਦੇ ਬੱਚੇ ਸਕੂਲ ਦਾਖਲ ਕਰਾਏ ਪਿਓ ਦੇ ਤਾਂ ਆਪਣਾ ਨਾਲ ਖਾਤਾ ਘਰ ਚ ਰੌਲਾ ਪੈ ਗਿਆ ਮੁੰਡਾ ਖਲੇਸ਼ ਉਹਦੇ ਪੜਦਾ ਸੀ ਇਹਨੇ ਬੋਲਣਾ ਬੰਦ ਕਰਤਾ ਪਿਓ ਪੁੱਤ ਚ ਇੰਨਾ ਝਗੜਾ ਵਧ ਗਿਆ ਕਿ ਉਦੋਂ ਪਾਰਟੀ ਦੇ ਸਾਰੇ ਕੰਮ ਅਮਰਸੋ ਕਰਦਾ ਹੁੰਦਾ ਸੀ ਅਮਰਸੋ ਬਹੁਤ ਬਦਨਾਮ ਬੰਦਾ ਸੀ ਪਰ ਚਾਲਬਾਜ਼ ਸੀ ਉਹਨੇ ਪਿਓ ਪੁੱਤ ਨੂੰ ਬਿਠਾ ਕੇ ਸਮਝੌਤਾ ਕਰਾਇਆ ਕਿ ਇਹ ਜਿਹੜੀ ਦੂਸਰੀ ਔਰਤ ਆਈ ਹੈ ਇਹਦੇ ਬੱਚੇ ਕਦੇ ਵੀ ਰਾਜਨੀਤਿਕ ਵਿਰਾਸਤ ਤੇ ਹੱਕ ਨਹੀਂ ਜਿਤਾਉਣਗੇ ਰਾਜਨੀਤਿਕ ਦਾਵੇਦਾਰੀ ਸਿਰਫ ਅਕਲੇਸ਼ ਦੀ ਹੋਵੇਗੀ ਜਾਇਦਾਦ 'ਚ ਹਿੱਸਾ ਉਹਨਾਂ ਨੂੰ ਮਿਲ ਜੂਗਾ ਉਹਦਾ ਕਰਕੇ ਅੱਜ ਤੱਕ ਉਹ ਦੂਸਰੀ ਔਰਤ ਦਾ ਜਿਹੜਾ ਮੁੰਡਾ ਉਹ ਰਾਜਨੀਤੀ 'ਚ ਨਹੀਂ ਆਇਆ ਪਰ ਉਹਦੀ ਪਤਨੀ ਉਹ ਕਹਿੰਦੀ ਆ ਦੀ ਜਦੋਂ ਮੇਰੇ ਜਠਾਣੀ ਅਕਲੇਸ਼ ਦੀ ਪਤਨੀ ਡਿੰਪਲ ਯਾਦ ਪਾਰਲੀਮੈਂਟ 'ਚ ਵਾਰ-ਵਾਰ ਜਾ ਸਕਦੀ ਹੈ ਤੇ ਮੈਂ ਚੋਣ ਕਿਉਂ ਨਹੀਂ ਲੜ ਸਕਦੀ ਮੈਂ ਕਿਉਂ ਨਹੀਂ ਜਾ ਸਕਦੀ ਪਰਵਾਰ ਵਿੱਚ ਇਸ ਗੱਲ ਤੇ ਸੀ ਕਿ ਸਮਝੌਤਾ ਹੋਇਆ ਕਦੇ ਸਮਝੌਤਾ ਤੁਹਾਡਾ ਦੋਵਾਂ ਭਰਾਵਾਂ ਦਾ ਮਤੇੇ ਭਰਾਵਾਂ ਦਾ ਪਹੁੰਚਿਆ ਹੋਊਗਾ ਮੈਂ ਤੇ ਸਮਝੌਤੇ ਵਿੱਚ ਸ਼ਾਮਲ ਹੋ ਜੀ ਇਹ ਟਕਰਾਵ ਵੱਧ ਆ ਗਿਆ ਇਸ ਟਕਰਾ ਨੇ ਹੀ ਅੱਗੇ ਪਾਰਟੀ ਪਾੜ ਦਿੱਤੀ ਸੀ ਮਲੇਮ ਦਾ ਛੋਟਾ ਭਰਾ ਸ਼ਿਵਪਾਲ ਜਾਦਵ ਵੱਖਰਾ ਹੋ ਗਿਆ ਸੀ ਹੁਣ ਉਹ ਫਿਰ ਵਾਪਸ ਵੀ ਆ ਗਿਆ ਪਰ ਉਹ ਟਕਰਾਹ ਤੇ ਹੈਗਾ ਉਹ ਬੀਬੀ ਹੁਣ ਉਹ ਕੁੜੀ ਛੱਡ ਕੇ ਇਹਨਾਂ ਨੂੰ ਤੇ ਚਲੀ ਗਈ ਆ ਭਾਰਤੀ ਜਨਤਾ ਪਾਰਟੀ 'ਚ ਉਧਰ ਜਾ ਕੇ ਉਹ ਸਮਝਦੀ ਆ ਕਿ ਮੈਨੂੰ ਉਹ ਬੜਾ ਕੁਝ ਪਤਾ ਨਹੀਂ ਕੀ ਦੇ ਦੇਣਗੇ ਪਿਛਲਾ ਤਜਰਬਾ ਕੀ ਦੱਸਦਾ ਸਿਰਫ ਸੋਨੀਆ ਗਾਂਧੀ ਨੂੰ ਤੇ ਨਹਿਰੂ ਪਰਿਵਾਰ ਨੂੰ ਨਹਿਰੂ ਗਾਂਧੀ ਪਰਿਵਾਰ ਨੂੰ ਠਿਠ ਕਰਨ ਵਾਸਤੇ ਪਹਿਲਾਂ ਜਨਤਾ 당ਲ ਵਾਲੇ ਵੀ.ਪੀ. ਸਿੰਘ ਦੇਵਗੋੜਾ ਤੇ ਇੰਦਰ ਕੁਮਾਰ ਗੁਜਰਾਲ ਮੇਨਕਾ ਗਾਂਧੀ ਨੂੰ ਚੁੱਕ ਕੇ ਕੇਂਦਰੀ ਮੰਤਰੀ ਬਣਾਉਂਦੇ ਰਹੇ ਸਿਰਫ ਮੇਨਕਾ ਉਹ ਸੋਨੀਆ ਗਾਂਧੀ ਨੂੰ ਸ਼ਰਮਿੰਦਿਆ ਕਰਨ ਵਾਸਤੇ ਦੇ ਸਾਹਮਣੇ ਬਿਠਾ ਕੇ ਮੰਤਰੀ ਬਣਾ ਕੇ ਬਿਠਾ ਦਿੰਦੇ ਸੀ ਜੀ ਬਾਅਦ ਵਿੱਚ ਵਾਜਪਾਈ ਸਾਹਿਬ ਨੇ ਦੋ ਸਰਕਾਰਾਂ ਚ ਬਣਾਈ ਤੇ ਪਹਿਲੀ ਸਰਕਾਰ ਚ ਨਰਿੰਦਰ ਮੋਦੀ ਨੇ ਬਣਾਈ ਅੱਜ ਕੱਲ ਉਹਨੂੰ ਨੁਕਰੇ ਬਿਠਾਇਆ ਨਾ ਉਹਨੂੰ ਨਾ ਉਹਦੇ ਪੁੱਤਰ ਨੂੰ ਸਟਾਰ ਬੁਲਾਰੇ ਜਿਹੜੇ ਹੁੰਦੇ ਆ ਚੋਣ ਮੁਹਿੰਮ ਵਾਲੇ ਉਹਨਾਂ ਚ ਲਿਸਟ ਵਿੱਚ ਨਾਮ ਪਾ ਦਿੰਦੇ ਪਰ ਨਾਲ ਹੀ ਕਹਿੰਦੇ ਤੁਸੀਂ ਕਿਹੇ ਜਲਸੇ 'ਚ ਨਹੀਂ ਜਾਣਾ ਕਰੇ ਬਿਠੋ ਜਾਂ ਬਾਹਰ ਨਿਕਲ ਜਿਓ ਉੱਥੇ ਨਹੀਂ ਵੜਨਾ ਜੋ ਉਹਨਾਂ ਨਾਲ ਹੁੰਦਾ ਪਿਆ ਇਸ ਕੁੜੀ ਨੂੰ ਹੋ ਸਕਦਾ ਪਾਰਲੀਮੈਂਟ ਮੈਂਬਰ ਬਣਾ ਦੇਰ ਹੋ ਸਕਦਾ ਐਸੈਂਬਲੀ ਮੈਂਬਰ ਬਣਾ ਦੇਣ ਕੁਝ ਵੀ ਬਣਾ ਸਕਦੇ ਆ ਪਰ ਇਹ ਗੱਲ ਪੱਕੀ ਹੈ ਕਿ ਇਸ ਪਾਰਟੀ ਦਾ ਕੋਈ ਨਿੱਜੀ ਮਾਨ ਸਨਮਾਨ ਉਸ ਕੁੜੀ ਵਾਸਤੇ ਹੈ ਨਹੀਂਗਾ ਉਸ ਕੁੜੀ ਨੂੰ ਅੱਗੇ ਲਾ ਕੇ ਸਿਰਫ ਤੇ ਸਿਰਫ ਮਲੇਮ ਸਿੰਘ ਯਾਦਵ ਦੇ ਪਰਵਾਰ ਨੂੰ ਉਹਦੇ ਪੁੱਤਰ ਨੂੰ ਠਠ ਕਰਨ ਵਾਸਤੇ ਵਰਤਣਗੇ ਐਦੋਂ ਵੱਦ ਜੇ ਕੁੜੀ ਸਮਝੇ ਮੈਂ ਪਤਾ ਨਹੀਂ ਕਿੱਡੀ ਕਬੜੀ ਰਾਜਨੀਤੀ ਦੀ ਹੀਰੋਇਨ ਬਣ ਕੇ ਉਹ ਨਹੀਂ ਬਣ ਗਈ ਰਾਜਨੀਤੀ ਵਿੱਚ ਉਹ ਵੀ ਪਤਾ ਨਹੀਂ ਲੱਗਦਾ ਕੌਣ ਕਿੱਥੇ ਕਿਹਨੂੰ ਵਰਤਿਆ ਜਾਂਦਾ ਪਰਨ ਸਾਹਿਬ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਕਿ ਰਾਖਵਾ ਕਰਨ ਜਿਹੜਾ ਹੈ ਉਹ ਸਮਾਜਿਕ ਨਿਆਂ ਲਈ ਜ਼ਰੂਰੀ ਹੈ OBC ਵਰਗ ਨੂੰ ਲੈ ਕੇ ਇਹ ਟਿੱਪਣੀ ਕੀਤੀ ਗਈ ਹੈ ਤੇ ਇਹ ਵੀ ਦੱਸਿਓ ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਬਿਆਨ ਕੀ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਪੈ ਸਕਦਾ ਬਿਆਨ ਨਹੀਂ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਫੈਸਲਾ ਜੀ ਉਹਨਾਂ ਨੇ ਆਖਿਆ ਦਾਖਲਿਆਂ 'ਚ ਅਦਰ ਬੈਕਵਰਡ ਕਲਾਸਿਸ ਨੂੰ ਰਿਜ਼ਰਵੇਸ਼ਨ ਦੇਣੀ ਜ਼ਰੂਰੀ ਹੈ। ਅੱਗੇ ਸ਼ਡਿਊਲ ਕਾਸ ਤੇ ਉਹਨਾਂ ਦੇ ਰਿਜ਼ਰਵੇਸ਼ਨ ਬਾਰੇ ਵੀ ਇਹੋ ਗੱਲ ਹੁੰਦੀ ਰਹੀ। ਇਹ ਬੜੀ ਵਾਰੀ ਆਖਿਆ ਜਾਂਦਾ। ਉਹਨਾਂ ਦੇ ਬੱਚਿਆਂ ਦੇ ਘਟ ਨੰਬਰ ਦੂਸਰਿਆਂ ਦੇ ਬਰਾਬਰ ਆ ਗਏ ਜੀ। ਘਟ ਨੰਬਰ ਆ ਇਹ ਵੀ ਵੇਖੋ ਕਿ ਉਹਨਾਂ ਨੂੰ ਪਹਿਲੀ ਤੋਂ ਲੈ ਕੇ ਤੁਹਾਡੇ ਵਾਲੀ ਪੜ੍ਹਾਈ ਪੜਨ ਤੱਕ ਰਾਜ ਸਹੂਲਤਾਂ ਵੀ ਘਟ ਮਿਲਦੀਆਂ। ਜੀ। ਜੇ ਤੁਹਾਡੇ ਵਾਲੀਆਂ ਸਹੂਲਤਾਂ ਮਿਲਦੀਆਂ ਹੁਣ ਫਿਰਕ ਉਹਨਾਂ ਦੇ ਘਟ ਨੰਬਰ ਤੇ ਹੋਰ ਗੱਲ ਹੈ। ਤੁਸੀਂ ਉਹਨਾਂ ਨੂੰ ਦਿੱਤਾ ਕੀ? ਜੇ ਤੁਸੀਂ ਇੱਕ ਲਾਈਨ ਤੋਂ 8 ਖਿਡਾਰੀ ਖੜੇ ਕਰਕੇ ਤੋਰਦੇ ਆ ਉਹਨਾਂ ਚੋਂ 4 ਖਿਡਾਰੀ ਪਹਿਲਾਂ ਤੋਰ ਦਿੰਦੇ ਆ 3 ਬਾਅਦ ਤੋਰਦੇ ਨੇ ਇੱਕ ਨੂੰ ਬਿਲਕੁਲ ਹੀ ਬਾਅਦ ਤੋਰ ਦਿੰਦੇ ਆ ਤੇ ਫੇਰ ਆ ਕੋ ਪਛੜ ਗਿਆ ਜੱਤ ਸਾਰੇ ਇੱਕ ਲਾਈਨ ਤੋਂ ਬਰਾਬਰ ਤੋਰ ਉਹ ਜਿਹੜੇ ਤੋਰਦੇ ਆ ਉਹ ਨੰਗੇ ਪੈਰੀ ਝੁੱਗੀਆਂ ਦੇ ਲਾਗੇ ਕਿਸੇ ਟੁੱਟੇ ਭਜੇ ਸਕੂਲ ਚ ਜਾਂਦੇ ਆ ਤੁਹਾਡੇ ਬੱਚਿਆਂ ਨੂੰ ਘਰ ਤੋਂ 에어 ਕੰਡੀਸ਼ਨ ਕਾਰ ਚੁੱਕਦੀ ਆ ਤੇ ਉਹ ਸਕੂਲ ਚ ਲੈ ਜਾਂਦੀ ਆ ਜਿਨ੍ਹਾਂ ਦੇ ਬਾਥਰੂਮਾਂ ਚ ਵੀ ਐਸੀ ਲੱਗੇ ਆ ਬਰਾਬਰੀ ਤੇ ਹੈ ਨਹੀਂ ਉਹਨਾਂ ਦੇ ਸਾਰੇ ਟੱਬਰ ਦਾ ਮਹੀਨੇ ਦਾ ਰੋਟੀ ਦਾ ਇਹਨਾਂ ਖਰਚਾ ਨਹੀਂ ਜਿੰਨੀ ਫੀਸ ਤੁਹਾਡੇ ਬੱਚੇ ਦੀ 1 ਮਹੀਨੇ ਦੀ ਤੁਸੀਂ ਪਬਲਿਕ ਸਕੂਲ ਚ ਭੇਜ ਦਿਓ ਬਰਾਬਰੀ ਨਹੀਂ ਗਈ ਇਹ ਰਿਜ਼ਰਵੇਸ਼ਨ ਆਖੀ ਤੇ ਜਾਣਦੇ ਆ ਆ ਪੰਜਾਬ ਦੇ ਵਿੱਚ ਜਿਹੜੀਆਂ ਰਿਜ਼ਰਵ ਸੀਟਾਂ ਕੀਤੀਆਂ ਅਸੈਂਬਲੀ ਦੀਆਂ ਹੋਣ ਪਾਰਲੀਮੈਂਟ ਦੀਆਂ ਹੋਣ ਤੇ 25-25 ਦੀਆਂ ਹੋਣ ਜਾਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਜੇ ਇਹ ਨਾ ਹੋਣ ਤੇ ਕਦੇ ਕਿਸੇ ਨੇ ਕਿਸੇ ਸ਼ੈਡਿਊਲ ਕਾਸਟ ਨੂੰ ਕਦੇ ਜਨਰਲ ਸੀਟ ਤੋਂ ਜਿਤਾਇਆ ਬਾਬੂ ਕਾਂਸੀ ਰਾਮ ਇਹ ਕਰੀ ਜਿੱਤ ਗਿਆ ਸੀ ਜੀ ਜੇ 1992 ਚ ਕੁਝ ਜਿੱਤੇ ਹੀ ਜਦੋਂ ਕਾਲੀਆਂ ਨੇ ਵਿਰੋਧ ਕੀਤਾ ਸੀ ਅਦਰਵਾਈਜ਼ ਤੈਨੇ ਥੋੜੀ ਥੋੜੀ ਸੀਟਾਂ ਨਾਲ ਜਿੱਤ ਕੀਤ ਗਿਆ ਤੋਂ ਤੇ ਵੋਟਰ ਅਦਰਵਾਈਜ਼ ਕਦੇ ਨਹੀਂ ਉਹਨਾਂ ਨੂੰ ਕਦੇ ਕੁਝ ਦਿੱਤਾ ਨਹੀਂ ਜਾਂਦਾ ਉਹਨਾਂ ਨੂੰ ਇੰਨਾ ਜ਼ਿਆਦਾ ਦਬਾ ਕੇ ਰੱਖਿਆ ਜਾਂਦਾ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਸਮਾਜਿਕ ਪੱਖ ਤੋਂ ਬਾਕੀਆਂ ਦੇ ਬਰਾਬਰ ਆਉਣ ਵਾਸਤੇ ਜਦ ਤੱਕ ਉਹ ਬਰਾਬਰੀ ਮਿਲ ਨਹੀਂ ਜਾਂਦੀ ਉਹਨਾਂ ਚਿਰ ਤੱਕ ਇਹ ਰਿਜ਼ਰਵੇਸ਼ਨ ਦਾ ਇਕਰਾਰ ਰੱਖਿਆ ਗਿਆ ਸਮਾਜ ਦੇ ਜਿਹੜਾ ਵੀ ਤਬਕਾ ਇਸ ਤਰ੍ਹਾਂ ਹੋਵੇ ਭਾਰਤੀ ਸਮਾਜ ਹੈ ਜੀ ਇੱਕ ਕੈਨੇਡਾ ਵਾਲਾ ਅਮਰੀਕਾ ਵਾਲਾ ਇੰਗਲੈਂਡ ਤੇ ਫ੍ਰਾਂਸ ਵਾਲਾ ਵਿਕਸਤ ਸਮਾਜ ਤੇ ਹਨ ਜਿੱਥੇ ਸਾਰੇ ਬਰਾਬਰ ਹੋਣ ਉੱਥੇ ਤੇ ਨੇਬਰਹੂਡ ਸਕੂਲ ਚ ਸਾਰਿਆਂ ਦੇ ਬੱਚੇ ਮੁੱਖ ਮੰਤਰੀ ਦਾ ਬੱਚਾ ਵੀ ਉੱਥੇ ਪੜਦਾ ਤੇ ਸਪਾਈ ਕਰਨ ਵਾਲਾ ਦਾ ਬੱਚਾ ਵੀ ਉੱਥੇ ਪੜਦਾ ਇੱਥੇ ਤਾਂ ਸਾਡੇ ਨਹੀਂ ਨੇ ਜੀ ਇਸ ਕਰਕੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਇਹ ਪਹਿਲੇ ਚੁਣਾ ਜੋ ਪੈਂਦਾ ਅਸਰ ਪਈ ਜਾਵੇ ਉਹਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਫੈਸਲਾ ਸੁਪਰੀਮ ਕੋਰਟ ਦਾ ਖੁੱਲੇ ਤੌਰ ਦੇ ਉੱਤੇ ਦਾ ਵਿਰੋਧ ਕੋਈ ਨਹੀਂ ਕਰਦਾ ਅੰਦਰੇ-ਅੰਦਰ ਕਈਆਂ ਨੂੰ ਬੁਖਾਰ ਚੜਦਾ ਕਈ ਬੁਰਾ ਭਲਾ ਕਹਿਣਗੇ ਕਈ ਕਿਸੇ ਦੀਆਂ ਟਿੱਪਣੀਆਂ ਵੀ ਕਰਨਗੇ ਪਰ ਸਿੱਧੇ ਤੌਰ ਤੇ ਦਾ ਵਿਰੋਧ ਕੋਈ ਨਹੀਂ ਕਰਦਾ ਜੀ ਕਿਉਂਕਿ ਫੈਸਲਾ ਐਸ ਵਿਲੇ ਹਾਲਾਤ ਦੀ ਮਜਬੂਰੀ ਹੈ ਤੁਸੀਂ ਉਹਨਾਂ ਨੂੰ ਕੋਈ ਪ੍ਰਸ਼ਾਦ ਨਹੀਂ ਦੇ ਰਹੇ ਹਾਲਾਤ ਦੀ ਮਜਬੂਰੀ ਹੈ ਕਰਨਾ ਹੀ ਪੈਣਾ ਹਾਂ ਬਰਾਬਰਤਾ ਦਾ ਜ਼ਰੂਰੀ ਹੈ ਉਹ ਕਹਿੰਦਾ ਨਾ ਰਾਮ ਰਹੀਮ ਤੇ ਮੌਲਾ ਕੀ ਜੇ ਸਮਝ ਗਿਆ ਤਾਂ ਰੌਲਾ ਕੀ ਪਰ ਸਮਝਦੇ ਨਹੀਂ ਪੈਣਾ ਚਰਚਾ ਇਹੀ ਹੈ। ਰਾਮ ਰਹੀਮ ਰੌਲਾ ਚਲੋ ਉਹ ਧਰਮਾਂ ਦੇ ਨਾਂ ਤੇ ਜੋ ਮਰਜੀ ਉਹ ਇੱਥੇ ਇਹ ਹੈ ਕਿ ਜਾਤ ਦੇ ਨਾਂ ਤੇ ਜਿਨ੍ਹਾਂ ਨੂੰ ਦਬਾ ਕੇ ਰੱਖਿਆ ਗਿਆ। ਜੇ ਤੁਰਿਆਂ ਜਾਂਦਿਆਂ ਵੀ ਹੋਣੀ ਜੇ ਇਹ ਕਹਦੇ ਹੋ ਇਹ ਫਿਰ ਉਹ ਹੋਇਆ ਨਾ। ਜੀ। ਇਹਦਾ ਮਤਲਬ ਕੀ ਹੁੰਦਾ? ਇਹ ਜਿੰਨਾ ਚਿਰ ਆ ਗੱਲਾਂ ਚੱਲਦੀਆਂ ਉਹਨਾਂ ਚਿਰ ਤਾਂ ਕੋਈ ਫੈਸਲਾ ਸਹੀ ਹੈ। ਜੀ। ਫਿਰ ਸਰ ਤੁਸੀਂ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਆ ਹੁਣ ਮੈਨੂੰ ਨਵਜੀਤ ਨੂੰ ਦੇ ਉਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ